ਉਹ ਸਿਸਟਮ ਦੇ ਹਿਸਾਬ ਨਾਲ ਸਾਰੀ ਫੋਰਸ ਆਈ ਆ ਅਤੇ ਪੂਰਾ ਲਲਕਾਰ ਕੇ ਗਏ ਆ ਕਿ ਆਪਣੀਆਂ ਦੁਕਾਨਾਂ ਬੰਦ ਕਰ ਦਿਉ ਨਹੀਂ ਤੁਹਾਨੂੰ ਵੱਢ ਦਾਂਗੇ। ਇਹਨਾਂ ਨੇ ਕਸਟਮਰ ਨੂੰ ਕਹਿ ਕੇ ਗਏ ਤੂੰ ਕੇਸ ਰੱਖਣੇ ਸ਼ੁਰੂ ਕਰ ਦੇ, ਉਹ ਹਿੰਦੂ ਪਰਿਵਾਰ 'ਚੋਂ ਬਿਲੋਂਗ ਕਰਦਾ ਉਹ ਕੇਸ ਕਿੱਥੋਂ ਰੱਖ ਲੂਗਾ ਜੀ, ਠੀਕ ਆ ਜੀ, ਫਿਰ ਉਹਨੂੰ ਡਾਂਗਾ ਮਾਰੀਆਂ ਜੀ। ਬਾਬੇ ਆਏ ਨੇ, ਡਾਂਗਾਂ ਬੜੀਆਂ, ਕਿਰਪਾਨਾਂ ਬੜੀਆਂ ਨੰਗੀਆਂ, ਆ ਕੇ ਇਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਕੁਛ ਨਹੀਂ ਕਹਿੰਦੇ, ਦੁਕਾਨਾਂ ਬੰਦ ਕਰ ਦਿਓ, ਉੱਥੇ ਦੁਕਾਨਾਂ ਨਹੀਂ ਖੋਲ੍ਹਣੀਆਂ, ਕੋਲਡ ਡਰਿੰਕਾਂ ਕੱਢ ਕੇ। ਮੈਂ ਕਿਹਾ ਬਾਬਾ ਜੀ ਗਰਮ ਹੈ, ਇਹਨਾਂ ਦਾ ਕੀ ਫਾਇਦਾ, ਉਹ ਕਹਿੰਦੇ ਚੁੱਕੋ ਚੁੱਕੋ ਜੋ ਲੱਗਦਾ। ਇੱਥੇ ਸਿੱਖਾਂ ਦੀ, ਸਿੱਖ ਭਾਈਚਾਰੇ ਦੀ ਵੀ ਦੁਕਾਨਾਂ ਨੇ ਦੋ ਚਾਰ, ਸਿੱਖਾਂ ਨੂੰ ਕੋਈ ਇਹਨਾਂ ਨੇ ਕੁਛ ਨਹੀਂ ਆਖਿਆ, ਸਿਰਫ ਹਿੰਦੂਆਂ ਨੂੰ ਟਾਰਗੇਟ ਕਰਨ ਆਏ ਨੇ। ਅੰਮ੍ਰਿਤਸਰ ਦੇ ਘਿਓ ਮੰਡੀ ਚੌਕ 'ਚ ਕੁਝ ਨਿਹੰਗ ਸਿੰਘਾਂ ਵੱਲੋਂ ਦੁਕਾਨਦਾਰਾਂ 'ਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ। ਜੀ ਹਾਂ, ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਕਰੀਬ 15-20 ਨਿਹੰਗ ਸਿੰਘਾਂ ਵੱਲੋਂ ਦੁਕਾਨਦਾਰਾਂ 'ਤੇ ਹਮਲਾ ਕੀਤਾ ਗਿਆ। ਅਜਿਹੇ ਇਲਜ਼ਾਮ ਦੁਕਾਨਦਾਰਾਂ ਵੱਲੋਂ ਨਿਹੰਗ ਸਿੰਘਾਂ 'ਤੇ ਲਾਏ ਗਏ ਨੇ। ਦਰਅਸਲ ਨਿਹੰਗਾਂ ਵੱਲੋਂ ਦੁਕਾਨਦਾਰਾਂ ਦਾ ਜਬਰੀ ਸਮਾਨ ਅਤੇ ਅੰਦਰੋਂ ਪੈਸੇ ਚੁੱਕਣ ਦੇ ਇਲਜ਼ਾਮ ਵੀ ਲੱਗੇ ਨੇ, ਜਿਸ ਤੋਂ ਬਾਅਦ ਕੁਝ ਤਸਵੀਰਾਂ CCTV 'ਚ ਕੈਦ ਵੀ ਹੋਈਆਂ ਨੇ, ਜਿਸ ਤੋਂ ਬਾਅਦ ਹੁਣ ਪੀੜਤ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਦੱਸੀਏ ਕਿ ਅੰਮ੍ਰਿਤਸਰ ਦੀ ਘਿਓ ਮੰਡੀ ਦਾ ਇਹ ਪੂਰਾ ਹਾਦਸਾ ਹੈ, ਜਿੱਥੇ ਕਿ ਬਾਲਮੀਕ ਮੰਦਿਰ ਬਣਿਆ ਹੋਇਆ। ਬਾਲਮੀਕ ਮੰਦਿਰ ਦੇ ਆਲੇ ਦੁਆਲੇ ਦੁਕਾਨਾਂ ਬਣੀਆਂ ਹੋਈਆਂ ਨੇ। ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਹਿੰਦੂ ਦੁਕਾਨਦਾਰਾਂ ਨੂੰ ਹੀ ਸਿਰਫ ਟਾਰਗੇਟ ਕੀਤਾ ਗਿਆ, ਜਦਕਿ ਸਿੱਖ ਦੁਕਾਨਦਾਰਾਂ ਨੂੰ ਕਿਸੇ ਨੂੰ ਵੀ ਕੁਝ ਨਹੀਂ ਕਿਹਾ ਗਿਆ। ਪਾਨ ਦੀ ਦੁਕਾਨ ਸਣੇ ਟਰਾਂਸਪੋਰਟ ਦੀ ਦੁਕਾਨ, ਸੈਲੂਨ, ਇੱਕ ਕੋਲਡ ਡਰਿੰਕ ਪੈਪਸੀ ਦੀ ਦੁਕਾਨ ਉੱਤੇ ਇਹਨਾਂ ਨਿਹੰਗ ਸਿੰਘਾਂ ਵੱਲੋਂ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ। ਦੁਕਾਨਦਾਰਾਂ ਮੁਤਾਬਕ ਘਿਓ ਮੰਡੀ ਚੌਂਕ 'ਚ ਬਾਲਮੀਕ ਮਹਾਰਾਜ ਦਾ ਮੰਦਿਰ ਹੈ, ਜਿਸ ਦੇ ਆਲੇ ਦੁਆਲੇ ਦੁਕਾਨਾਂ ਬਣੀਆਂ ਹੋਈਆਂ ਨੇ ਅਤੇ ਇਹਨਾਂ ਦੁਕਾਨਾਂ 'ਤੇ ਕਰੀਬ 15-20 ਨਿਹੰਗ ਸਿੰਘ ਇਕੱਠੇ ਹੋ ਕੇ ਆਏ, ਜਿਨ੍ਹਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਫੜੇ ਹੋਏ ਸੀ, ਜਿਨ੍ਹਾਂ ਵੱਲੋਂ ਕਿ ਦੁਕਾਨਦਾਰਾਂ 'ਤੇ ਹਮਲਾ ਕੀਤਾ ਗਿਆ, ਲੁੱਟ ਖੋਹ ਕੀਤੀ ਗਈ ਅਤੇ ਦੁਕਾਨਦਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇੱਥੋਂ ਤੱਕ ਕਿ ਦੁਕਾਨਾਂ 'ਤੇ ਵਾਲ ਕਟਵਾ ਰਹੇ ਹਿੰਦੂ ਲੋਕਾਂ ਨੂੰ ਇਹ ਕਿਹਾ ਗਿਆ ਕਿ ਉਹ ਕੇਸ ਰੱਖਣ, ਨਹੀਂ ਤਾਂ ਉਹਨਾਂ ਦੀਆਂ ਦੁਕਾਨਾਂ ਨੂੰ ਸਾੜ ਦਿੱਤਾ ਜਾਵੇਗਾ। ਅਸ਼ੋਕ ਸੋਢੀ ਹੈ, ਮੇਰੀ ਕੋਲਡ ਡਰਿੰਕ ਦੀ ਦੁਕਾਨ ਹੈ। ਮੈਂ ਬਾਬਿਆਂ ਨੂੰ, ਮੈਂ ਕੋਈ ਗੱਲ ਨਹੀਂ ਹੋਈ, ਬਾਬੇ ਆਏ ਨੇ, ਡਾਂਗਾਂ ਬੜੀਆਂ, ਕਿਰਪਾਨਾਂ ਬੜੀਆਂ ਨੰਗੀਆਂ, ਆ ਕੇ ਇਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਕੁਛ ਨਹੀਂ ਕਹਿੰਦੇ, ਦੁਕਾਨਾਂ ਬੰਦ ਕਰ ਦਿਓ, ਉੱਥੇ ਦੁਕਾਨਾਂ ਨਹੀਂ ਖੋਲ੍ਹਣੀਆਂ, ਕੋਲਡ ਡਰਿੰਕਾਂ ਕੱਢ ਕੇ। ਮੈਂ ਕਿਹਾ ਬਾਬਾ ਜੀ ਗਰਮ ਹੈ, ਇਹਨਾਂ ਦਾ ਕੀ ਫਾਇਦਾ, ਉਹ ਕਹਿੰਦੇ ਚੁੱਕੋ ਚੁੱਕੋ ਜੋ ਲੱਭਦਾ, ਲੁੱਟ ਖੋਹ ਵਾਲਾ ਮਸਲਾ ਬਣਿਆ ਹੋਇਆ। ਪੂਰੀ ਗੁੰਡਾਗਰਦੀ ਉਹਨਾਂ ਵੱਲੋਂ ਕੀਤੀ ਗਈ ਹੈ, ਪੂਰੀ ਗੁੰਡਾਗਰਦੀ, ਕੋਈ ਨਾ ਪੁੱਛਣ ਵਾਲਾ, ਨਾ ਕੋਈ ਇਹਨਾਂ ਨੂੰ ਕਹਿਣ ਵਾਲਾ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਤਾਂ ਥੋੜ੍ਹਾ ਹੀ ਆ, ਪਰ ਕੋਲਡ ਡਰਿੰਕਾਂ ਦਾ 40-50 ਗਿਣ ਲਓ ਤਾਂ ਕਿੰਨੇ ਦੀਆਂ ਬਣਨਗੀਆਂ, 1000-1200 ਦਾ ਗਿਣ ਲਓ ਨੁਕਸਾਨ। ਖਾਲੀ ਹੱਥ ਸੀ ਕਿ ਹੱਥਾਂ ਵਿੱਚ ਉਹਨੇ ਕੁਛ ਹੈਗਾ? ਹੱਥਾਂ ਦੇ ਵਿੱਚ ਤਲਵਾਰਾਂ, ਬਰਸ਼ੇ ਦੇ ਨਾਲ ਉਹ ਡਾਂਗਾ ਸੀ। ਕਿੰਨੇ ਕੁ ਬੰਦੇ ਨਿਹੰਗ ਸਿੰਘ? 20-25 ਬੰਦੇ ਹੈਗੇ ਸੀ ਮੇਰੇ ਤੱਕਰ ਜਿਹੜੇ ਪਹੁੰਚੇ। ਕੀ ਕਰਦੇ ਹੋ ਜੀ? ਇਹਨਾਂ ਨੂੰ ਨੱਥ ਪਾਓ ਚੰਗੀ ਤਰ੍ਹਾਂ। ਅਤੇ ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ 'ਤੇ ਹਮਲਾ ਕੀਤਾ। ਉੱਥੇ ਹੀ ਮੌਜੂਦ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ਼ਧਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉਹਨਾਂ ਦੀਆਂ ਦੁਕਾਨਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਦੁਕਾਨਾਂ ਦੇ ਅੰਦਰ ਪਿਆ ਸਮਾਨ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਦੁਕਾਨਦਾਰਾਂ ਨੇ ਦੱਸਿਆ ਕਿ 15-20 ਨਿਹੰਗ ਸਿੰਘ ਇਕੱਠੇ ਹੋ ਕੇ ਆਏ ਸੀ, ਜਿਸ ਤਰ੍ਹਾਂ ਕਿ ਉਹਨਾਂ ਨੂੰ ਕਿਸੇ ਵੱਲੋਂ ਹਮਲਾ ਕਰਨ ਲਈ ਭੇਜਿਆ ਗਿਆ ਹੋਵੇ ਅਤੇ
ਕੁਝ ਹੀ ਮਿੰਟਾਂ ਸਕਿੰਟਾਂ ਵਿੱਚੋਂ ਹਮਲਾ ਕਰਕੇ ਅਤੇ ਦੁਕਾਨਾਂ ਤੋਂ ਪਿਆ ਸਮਾਨ ਅਤੇ ਨਕਦੀ ਆਦਿ ਲੁੱਟ ਕੇ ਫਰਾਰ ਹੋ ਗਏ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਅਜਿਹੇ ਲੋਕਾਂ ਨੂੰ ਨੱਥ ਪਾਈ ਜਾਵੇ ਜੋ ਕਿ ਧਰਮ ਦੀ ਆੜ ਵਿੱਚ ਉਹਨਾਂ ਦਾ ਨੁਕਸਾਨ ਕਰਨ 'ਤੇ ਤੁਲੇ ਹੋਏ ਨੇ। ਮੇਰਾ ਨਾਮ ਹੈ ਜੀ ਅਮਨ ਵੋਰਾ, ਮੈਂ ਟਰਾਂਸਪੋਰਟ ਦਾ ਮਾਲਕ ਹਾਂ। ਵੋਰਾ ਟਰਾਂਸਪੋਰਟ ਮੇਰੀ ਘਿਓਮੰਡੀ ਚੌਂਕ 'ਚ ਬਾਲਮੀਕੀ ਮੰਦਰ ਮਾਰਕੀਟ ਦਾ ਮੈਂ ਕਿਰਾਏਦਾਰ ਹਾਂ। ਠੀਕ ਹੈ ਜੀ, ਮੈਂ ਅੱਜ ਸ਼ਹੀਦਾਂ ਸਾਹਿਬ ਤੋਂ ਮੱਥਾ ਟੇਕਣ ਦੇ ਕੇ ਆਇਆ ਹੀ ਹਾਂ। ਜਸਟ ਆ ਕੇ ਮੈਂ ਆਪਣੀ ਦੁਕਾਨ 'ਤੇ ਚੜ੍ਹਨ ਲੱਗਾ ਵਾਂ। ਠੀਕ ਹੈ ਜੀ, ਅਤੇ ਨਾਲ ਹੀ ਕੁਝ ਨਿਹੰਗ ਸਿੰਘ ਜਥੇਬੰਦੀਆਂ 10 ਤੋਂ 15 ਬੰਦੇ ਆਏ ਨੇ, ਜਿਨ੍ਹਾਂ ਵਿੱਚ 3-4 ਬੰਦੇ ਬੱਚੇ ਛੋਟੇ ਛੋਟੇ ਆ, ਕੋਈ 15 ਸਾਲ ਦਾ, ਕੋਈ 16 ਸਾਲ ਦਾ, ਬਾਕੀ ਵੱਡੇ ਸੀਗੇ। ਅਤੇ ਐਂ ਲੱਗਦਾ ਪਿਆ ਸੀ ਕਿ ਜਿਤਨਾ ਉਹਨਾਂ ਨੇ ਮਤਲਬ ਕਿ ਕੋਈ ਅਟੈਕ ਐਸਾ ਕਰਨ ਆਏ ਆ ਕਿ ਜਿੱਥੋਂ ਪਿੱਛੋਂ ਕਿਸੇ ਨੇ ਫੋਰਸ ਕੀਤਾ ਹੋਵੇ ਕਿ ਜਾਓ ਇਹਨਾਂ ਨੂੰ ਹਿੰਦੂਆਂ ਨੂੰ ਵੱਢ ਦਿਓ। ਠੀਕ ਹੈ ਜੀ, ਮਤਲਬ ਕਿ ਸਾਡੇ ਕੋਲ CCTV ਕੈਮਰੇ ਦੀਆਂ ਫੋਟੋਆਂ ਵੀ ਆ ਗਈਆਂ ਨੇ, ਸਾਰੇ ਦੁਕਾਨਦਾਰਾਂ ਨੇ ਭੱਜ ਕੇ ਜਾਨ ਬਚਾਈ ਆ। ਠੀਕ ਹੈ ਜੀ, ਇਹ ਜਿਤਨਾ ਹੁੰਦਾ ਕਿ ਜਿਤਨਾ ਕਿਸੇ ਨੂੰ ਟਾਰਗੇਟ ਕੀਤਾ ਹੁੰਦਾ ਨਾ ਪਿੱਛੋਂ, ਉਹ ਸਿਸਟਮ ਦੇ ਹਿਸਾਬ ਨਾਲ ਸਾਰੀ ਫੋਰਸ ਆਈ ਆ ਅਤੇ ਪੂਰਾ ਲਲਕਾਰ ਕੇ ਗਏ ਆ ਕਿ ਆਪਣੀਆਂ ਦੁਕਾਨਾਂ ਬੰਦ ਕਰ ਦਿਉ ਨਹੀਂ ਤੁਹਾਨੂੰ ਵੱਢ ਦਾਂਗੇ। ਕਿੰਨੀਆਂ ਕੁ ਦੁਕਾਨਾਂ 'ਤੇ ਹਮਲਾ ਕੀਤਾ ਜੀ ਉਹਨਾਂ ਵੱਲੋਂ? ਭਾਅ ਜੀ ਵੇਖੋ ਜੀ, ਜਿੱਥੋਂ ਤੱਕ ਅਸੂਲ ਦੀ ਗੱਲ ਮੈਂ ਕਰਾਂ, ਸਹੀ ਸਪਸ਼ਟ ਸਿੱਧੇ ਗੱਲਾਂ ਦੇ ਹਿਸਾਬ ਨਾਲ, ਕਿ ਇੱਥੇ ਸਿੱਖਾਂ ਦੀ, ਸਿੱਖ ਭਾਈਚਾਰੇ ਦੀ ਵੀ ਦੁਕਾਨਾਂ ਨੇ 2-4, ਸਿੱਖਾਂ ਨੂੰ ਕੋਈ ਇਹਨਾਂ ਨੇ ਕੁਛ ਨਹੀਂ ਆਖਿਆ, ਸਿਰਫ ਹਿੰਦੂਆਂ ਨੂੰ ਟਾਰਗੇਟ ਕਰਨ ਆਏ ਨੇ। ਠੀਕ ਹੈ ਜੀ, ਸਾਡੇ ਹਿੰਦੂ ਪਰਿਵਾਰਾਂ ਨੂੰ ਪਏ ਨੇ। ਠੀਕ ਹੈ, ਸਾਡੇ ਨਾਲ ਮਲਿਕ ਹੇਅਰ ਸਲੂਨ ਵਾਲੇ ਨੇ, ਠੀਕ ਹੈ ਜੀ, ਮੰਦਰ ਦੇ ਕਿਰਾਏਦਾਰ ਨੇ। ਕਿਹੜੀਆਂ ਦੁਕਾਨਾਂ ਜਿਹੜੀਆਂ ਇਹਨਾਂ ਨੇ ਤੋੜ ਭੰਨ ਕੀਤੀ? ਇਹ ਦੇਖੋ ਜੀ, ਪਿੱਛੇ ਯਾਦਵ ਪਾਣ ਵਾਲਾ ਮੁੰਡਾ ਵਾ, ਉਹਨੂੰ ਇੱਥੋਂ ਤੱਕ ਕਿ ਉਹਦੀਆਂ ਚੱਪਲਾਂ ਚੁੱਕ ਕੇ ਲੈ ਗਏ ਨੇ। ਮਤਲਬ ਕਿ ਇਹਨਾਂ ਨੂੰ ਚੱਪਲਾਂ ਵੀ ਘੱਟ ਪੈ ਗਈਆਂ, ਚੱਪਲਾਂ ਤੁਹਾਨੂੰ ਚਾਹੀਦੀਆਂ, ਸਾਡੇ ਕੋਲ ਹੋਰ 2-4 ਲੈ ਜਾਓ। ਠੀਕ ਹੈ ਜੀ, ਚੱਪਲਾਂ ਵਿਚਾਰੇ ਗਰੀਬ ਆਦਮੀ ਨੇ ਚੁੱਕ ਕੇ ਲੈ ਗਏ ਨੇ। ਇੱਕ ਪਾਣ ਵਾਲੀ ਦੁਕਾਨ ਆ ਜੀ। ਹਾਂਜੀ, ਇੱਕ ਆਹ ਖੋਖਾ ਪਾਣ ਵਾਲਾ, ਉਹਨੂੰ ਵੀ ਕੀਤਾ ਜੀ। ਸਾਹਮਣੇ ਸੋਢੀ ਕੋਲਡ ਡਰਿੰਕ ਆ, ਜ਼ਬਰਦਸਤੀ 5-7 ਬੋਤਲਾਂ ਉਹਨੇ ਹਾਰਿਆਂ ਕਿਹਾ ਕਿ ਇਹ ਗਰਮ ਹੈਗੀਆਂ ਜੀ, ਠੰਡੀਆਂ ਲੈ ਲਾ, ਉਹਦੀ ਗੱਲ ਆ। ਉਹਨੂੰ ਧੱਕਾ ਮਾਰ ਕੇ ਕੋਲਡ ਡਰਿੰਕਾਂ ਉਹਦੇ ਫ੍ਰਿਜ 'ਚੋਂ ਕੱਢ ਕੇ ਲੈ ਗਏ ਨੇ। ਠੀਕ ਹੈ ਜੀ, ਫਿਰ ਇਹਨਾਂ ਦਾ ਵੇਖੋ, ਇਹਨਾਂ ਦੇ ਬੰਦੇ ਨੂੰ ਸੱਟ ਮਾਰ ਕੇ ਗਏ ਨੇ ਚੰਗੀ। ਇਹਨਾਂ ਦੇ ਕਸਟਮਰ ਨੂੰ ਕਹਿ ਕੇ ਗਏ ਨੇ ਤੂੰ ਕੇਸ ਰੱਖਣੇ ਸ਼ੁਰੂ ਕਰ ਦੇ। ਉਹ ਹਿੰਦੂ ਪਰਿਵਾਰ 'ਚੋਂ ਬਿਲੋਂਗ ਕਰਦਾ, ਉਹ ਕੇਸ ਕਿੱਥੋਂ ਰੱਖ ਲੂਗਾ ਜੀ? ਠੀਕ ਹੈ ਜੀ, ਫਿਰ ਉਹਨੂੰ ਡਾਂਗਾ ਮਾਰੀਆਂ ਜੀ, ਫਿਰ ਇਹਨਾਂ ਦੇ ਮੁੰਡੇ ਨੂੰ ਚੰਗੀ ਸੱਟ ਮਾਰੀ ਆ। ਇਹ ਵੇਖੋ, ਠੀਕ ਹੈ ਜੀ, ਪੂਰੀ ਮੈਂ ਕਹਿੰਦਾ ਭਾਅ ਜੀ, ਮੈਂ ਜਿੰਨੀ ਕੋਈ ਨਹੀਂ ਘਟਿਆ। ਉੱਧਰ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਦੀ ਟੀਮ ਵੀ ਮੌਕੇ ਤੇ ਪਹੁੰਚੀ, ਜਿਨ੍ਹਾਂ ਵੱਲੋਂ ਕਿ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਨਿਹੰਗ ਸਿੰਘਾਂ ਵੱਲੋਂ ਦੁਕਾਨਦਾਰਾਂ ਤੇ ਹਮਲਾ ਕੀਤਾ ਗਿਆ ਹੈ ਅਤੇ ਉਹ ਮੌਕੇ ਤੇ ਪੁੱਜ ਕੇ CCTV ਕੈਮਰੇ ਆਦਿ ਚੈੱਕ ਕਰ ਰਹੇ ਨੇ ਅਤੇ ਜਲਦ ਹੀ ਹਮਲਾ ਕਰਨ ਵਾਲੇ ਲੋਕਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਹੁਣ ਇਤਲਾਹ ਮਿਲੀ ਸੀ, ਇੱਥੇ ਘਿਓ ਮੰਡੀ ਚੌਂਕ 'ਚ ਆਏ ਆ ਕੋਈ ਨਿਗਟਾ ਹੀ ਬੰਦੇ ਸੀਗੇ, ਉਹਨਾਂ ਨੇ ਆ ਕੇ ਇੱਥੇ ਖੜਬੱਸੀ ਕੀਤੀ ਆ, ਕੋਈ ਤੋੜ ਭੰਨ ਕਰਨ ਦੀ ਕੋਸ਼ਿਸ਼ ਕੀਤੀ ਆ, ਅਤੇ ਹੁਣ ਇੱਥੇ ਆ ਗਏ। ਬਾਕੀ ਇਹਨਾਂ ਬਿਆਨ ਕਲਮਬੱਧ ਕੀਤੇ ਜਾ ਰਹੇ ਆ, ਬਿਆਨ ਲਿਖ ਕੇ ਜਿਹੜੀ ਗੱਲ ਉਹ ਵੀ ਦੇਖਦੇ ਹਾਂ ਜੀ, ਉਹ ਵੀ ਦੇਖਦੇ ਹਾਂ ਸਰ। ਹਾਂਜੀ, ਸਭ ਤੋਂ ਸਖ਼ਤ ਕਾਰਵਾਈ ਕਰਾਂਗੇ, ਸਭ ਤੋਂ ਸਖ਼ਤ ਮੁਕੱਦਮੇ ਦਰਜ ਕੀਤੇ ਜਾ ਰਹੇ ਆ। ਤਾਂ ਖੈਰ, ਇਹ ਵਾਕਈ ਨਿਹੰਗ ਸਿੰਘ ਸੀ ਜਾਂ ਫਿਰ ਨਿਹੰਗ ਸਿੰਘ ਦਾ ਬਾਣਾ ਪਾ ਕੇ ਆਏ ਕੋਈ ਹੋਰ ਵਿਅਕਤੀ ਸੀ ਜੋ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ? ਫਿਲਹਾਲ ਇਹ ਸਭ ਕੁਝ ਜਾਂਚ ਦਾ ਵਿਸ਼ਾ ਹੈ ਅਤੇ ਜਾਂਚ ਤੋਂ ਬਾਅਦ ਹੀ ਕੁਝ ਕਹਿਣਾ ਮੁਨਾਸਿਬ ਹੋਵੇਗਾ। ਪਰ ਦੂਜੇ ਪਾਸੇ ਦੁਕਾਨਦਾਰ ਡਰੇ ਹੋਏ ਨੇ ਅਤੇ ਆਪਣੀ ਸੁਰੱਖਿਆ ਦੀ ਮੰਗ ਕਰ ਰਹੇ ਨੇ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਸੈਂਟਰਲ ਪੰਜਾਬ TV।